बिस्मिल्लाहिर्रहमानिर्रहीम। अस्सलाम वालेकुम प्यारे बहन भाई, क्या हाल चाल है? आप सब ठीक हैं? मैं भी अल्लाह पाक के फजल करम नाल बिल्कुल ठीक ठाक हूं। मेरा यूट्यूब चैनल देखने वाले बहन भाई जितने भी रहते हैं, अल्लाह उन्होंने खुश रखे, आबाद रखे, हमेशा हंसते हंसते रखे। तो अपना जी ना असा ने जो ना थोड़ी बहन ने अपना गंदम की फसल जी ना उस मेट लई अपना धुपते दो तीन धुप्पा लवाइया, लगाने तो बाद फिर जो ना अपना ਬੜੋਲੇ ਜੀ ਪਾ ਲਈ, ਆਪਣੇ ਮਹਿਫੂਜ਼ ਵੀ ਕਰ ਲਈ। ਕਿਸ ਤਰ੍ਹਾਂ ਮਹਿਫੂਜ਼ ਕਰੀ ਦੀ ਜਾਂਦਾ ਇੱਕ ਸਾਲ ਵਾਸਤੇ, ਕਿਉਂਕਿ ਉਹ ਵਲੋਗ ਮੈਂ ਲਗਾਇਆ ਸੀ। ਅਤੇ ਆਪਣਾ ਦਰਖਤ ਦੇ ਜਿਹੜੇ ਨਾ ਕਿਸੇ ਦਰਖਤ ਦੇ ਵੀ ਆਪਣਾ ਜਿਹੜੇ ਨਾ ਕੜਵੇ ਪੱਤੇ ਨੇ ਉਹ ਆਪਣਾ ਜਿਹੜਾ ਨਾ ਗੰਦਮ ਦੇ ਥੱਲੇ ਬੜੋਲੇ ਪਾ ਦਿਓ, ਦਰਮਿਆਨ ਵਿੱਚ ਪਾ ਦਿਓ, ਉੱਤੇ ਵੀ ਪਾ ਦਿਓ। ਇਨਸ਼ਾ ਅੱਲਾਹ ਤੁਹਾਡੀ ਗੰਦਮ ਜਿਹੜੇ ਨਾ 1 ਤੋਂ 10 ਸਾਲ ਤੱਕ ਤੁਸੀਂ ਮਹਿਫੂਜ਼ ਕਰ ਸਕਦੇ ਹੋ। ਲੇਕਿਨ ਉਹਨੂੰ ਧੁੱਪ ਲਾਜ਼ਮੀ ਲਗਾਉਣੀ ਚਾਹੀਦੀ, ਕਿਉਂਕਿ ਅੱਜ ਕੱਲ੍ਹ ਹੁੰਦੀ ਹੈ ਬੜਾ ਬਾਰਿਸ਼ ਦੀ ਵਜ੍ਹਾ ਤੋਂ ਗੰਦਮ ਨੂੰ ਚੜ ਜਾਂਦੀ ਨਮੀ। ਅਤੇ ਕੋਈ ਨਾ ਕੋਈ ਅੱਛੀ ਗੱਲ ਜਿਹੜੀ ਹੁੰਦੀ ਨਾ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਨੀ ਚਾਹੀਦੀ। ਅਤੇ ਆਪਣਾ ਜਿਹੜਾ ਨਾ ਇਹ ਕੀ ਮੇਰੇ ਕੋਲ, ਇਹ ਮੇਰੇ ਆਪਣਾ ਜਿਹੜੇ ਨਾ ਸੌਂਫ ਦੇ ਆਪਣਾ ਕਾਫੀ ਮੈਂ ਨਾ ਜ਼ਿਆਦਾ ਸਾਰੇ ਕਾਸ਼ਤ ਕੀਤੇ ਹੋਏ ਸੀ। ਅਤੇ ਉਹ ਵੀ ਜਿਹੜਾ ਨਾ ਆਪਣਾ ਤੋੜ ਕੇ ਅਤੇ ਆਪਣਾ ਨਾ ਕੱਟੀ ਸੀ ਸੌਂਫ ਦੀ ਫਸਲ। ਕੱਟਣ ਤੋਂ ਬਾਅਦ ਆਪਣਾ ਇਹਨਾਂ ਨੂੰ ਮੈਂ ਸੁੱਟ ਨਾ ਕੁੱਟਿਆ, ਕੁੱਟ ਕੇ ਆਪਣਾ ਇਹਨਾਂ ਦੇ ਵੀ ਜਿਹੜੇ ਨਾ ਸੌਂਫ ਦੇ ਬੀਜ ਉਹ ਮੈਂ ਨਿਕਾਲ ਲੈਣ। ਇਹਨਾਂ ਨੇ ਇਨਸ਼ਾ ਅੱਲਾਹ ਤਾਲਾ ਇਹਨਾਂ ਨਾਲ 1 ਸਾਲ ਪੂਰਾ ਜਿਹੜਾ ਨਾ ਮਹਿਫੂਜ਼ ਕਰਾਂਗੀ ਕਿਸ ਤਰ੍ਹਾਂ, ਕਿਉਂਕਿ ਇਹਨੂੰ ਮੈਂ ਆਪਣਾ ਸਾਰਾ ਦਿਨ ਲਗਾਈ ਧੁੱਪ, ਫਿਰ ਆਪਣਾ ਇਹਨਾਂ ਨੂੰ ਕਰਾਂਗੀ ਪੱਖੇ 'ਤੇ ਖੜ੍ਹੇ, ਆਪਣਾ ਗੰਦ ਵਗੈਰਾ ਸਾਰਾ ਵਿੱਚੋਂ ਨਿਕਲ ਜਾਏਗਾ। ਕਿਉਂਕਿ ਆਪਣਾ ਕੁਝ ਸੌਂਫ ਦੀ ਫਸਲ ਜਿਹੜੀ ਨਾ ਮੇਰੀ ਉਹ ਕੱਟਣ ਵਾਲੀ ਰਹਿੰਦੀ ਹੈ, ਜਿਸ ਕਰ ਲਈ ਨਾ ਇਕੱਠੇ ਹੀ ਮੈਂ ਫਿਰ ਦੇਣਾ ਪੱਖੇ 'ਤੇ ਇਹਨਾਂ ਨੂੰ ਨਾ ਖੜ੍ਹਿਆ ਕਰਕੇ ਆਪਣਾ ਸਾਫ਼ ਕਰਕੇ ਫਿਰ ਰੱਖ ਲੈਣਾਗੀ। ਕੁਝ ਆਪਣਾ ਵੇਚ ਦੇਵਾਂਗੀ, ਕੁਝ ਆਪਣਾ ਅਚਾਰ ਵਗੈਰਾ ਪਾਵਾਂਗੇ, ਚਾਹੇ ਵਿੱਚ ਆਪਣਾ ਖਾਣੇ ਵਿੱਚ ਵੀ ਇਸਤੇਮਾਲ ਕਰਾਂਗੇ ਸੌਂਫ, ਜਿਸ ਤਰ੍ਹਾਂ ਕਿ ਸਭ ਬਹਿਣ ਭਾਈਆਂ ਨੂੰ ਪਤਾ ਹੈ। ਅਤੇ ਬਾਕੀ ਇਨਸ਼ਾਅੱਲਾ ਜਿਹੜਾ ਨਾ ਆਪਣਾ ਅਗਲੇ ਸਾਲ ਮਸਾਂ ਜਿਹੜਾ ਬੀਜ ਸੀ ਆਪਣਾ ਪਾਉਣਾ ਇਹਨਾਂ ਦਾ, ਉਹ ਵੀ ਆਪਣਾ ਇੱਥੋਂ ਹੀ ਰੱਖਾਂਗੇ। ਅਤੇ ਮਾਸ਼ਾਅੱਲਾ ਕਾਫੀ 100 ਰੁਪਏ ਦਾ ਬੀਜ ਮਸਾਂ ਸੌਂਫ ਦੇ ਮੈਂ ਲਿਆ ਸੀ, ਅਤੇ ਕਾਫੀ ਮਾਸ਼ਾਅੱਲਾ ਜਿਹੜਾ ਨਾ ਮੈਨੂੰ ਜ਼ਿਆਦਾ ਸਾਰੇ ਇਹਦੇ ਵਿੱਚੋਂ ਨਾ ਆਪਣਾ ਇਹ ਸੌਂਫ ਜਿਹੜੇ ਨਾ ਉਹ ਨਿਕਲੇ ਨੇ। ਅਤੇ ਇਹਦੇ ਮਾਸ਼ਾਅੱਲਾ ਜਿਤਨੇ ਮੈਂ ਕੱਟ ਕੇ ਦੱਸਾਂ ਇੱਥੇ ਘਰ ਜਿਹੜਾ ਨਾ ਆਪਣਾ ਸਾਫ਼ ਕਰਕੇ ਰੱਖ ਲੈਣ, ਇਸ ਤੋਂ ਜ਼ਿਆਦਾ ਜਿਹੜੇ ਨਾ ਬਾਹਰ ਕਟਾਈ ਕਰਨ ਆ ਜਾਂਦੇ। ਅਤੇ ਇਹ ਆਪਣਾ ਮੂਲੀਆਂ ਦਾ ਬੀਜ ਸੀ ਨਾਲ, ਉਹ ਵੀ ਕੁਝ ਮੂਲੀਆਂ ਦਾ ਬੀਜ ਜਿਹੜਾ ਪੱਕ ਗਿਆ ਉਹ ਤੋੜ ਕੇ ਮੈਂ ਆਉਂਦਾ, ਇਹਨੂੰ ਮੈਂ ਜਿਹੜਾ ਨਾ ਆਪਣਾ ਮਹਿਫੂਜ਼ ਕਰ ਲਵਾਂਗੇ ਨਿਕਾਲ ਕੇ, ਕਿਉਂਕਿ ਫਿਰ ਦੁਬਾਰਾ ਆਪਣੇ ਜਿਹੜੇ ਮੂਲੀਆਂ ਦੇ ਬੀਜ ਘਰ ਤੋਂ ਨਿਕਲ ਆਵਾਂਗੇ। ਅਤੇ ਕਾਫੀ ਦਿਨਾਂ ਤੋਂ ਬਾਅਦ ਜਿਹੜਾ ਨਾ ਖੇਤਾਂ ਵਿੱਚ ਕੰਮ ਅਤੇ ਗੰਦਮ ਅਤੇ ਅੱਗੇ ਪਿੱਛੇ ਚਾਰਾ ਵਗੈਰਾ ਦੇ ਵਿੱਚ ਹੀ ਆਪਣਾ ਮਸਰੂਫ ਰਹੇ ਹਾਂ। ਅਤੇ ਆਪਣਾ ਹੁਣ ਗੰਦਮ ਜਿਹੜੀ ਨਾ ਉਹ ਵੀ ਬੜੋਲੇ ਦੇ ਵਿੱਚ ਪਾ ਦਿੱਤੀ। ਅਤੇ ਅੱਜ ਜਿਹੜਾ ਨਾ ਮੈਂ ਘਰ ਦੇ ਕੰਮ ਕਾਰ ਦਾ ਜਿਹੜਾ ਵਲੌਗ ਆਪਣੇ ਭੈਣ ਭਾਈਆਂ ਨਾਲ ਪਾਇਆ, ਜਿਹੜਾ ਨਾ ਸ਼ੇਅਰ ਕਰ ਲਈ। ਅਤੇ ਕਾਫੀ ਗੱਟਾ ਵਗੈਰਾ, ਕਿਉਂਕਿ ਆਸ ਪਾਸ ਵੀ ਲੱਗਦੀਆਂ ਸਾਡੇ ਮਸ਼ੀਨਾਂ, ਤੇ ਫਿਰ ਜਿਹੜਾ ਨਾ ਮਸ਼ੀਨ ਲੱਗੇ ਨਾ ਜਦੋਂ ਦਾਣੇ ਨਿਕਾਲ ਆਉਣੀ, ਫਿਰ ਸਾਰਾ ਗੱਟਾ ਤੇ ਤੂੜੀ ਵਗੈਰਾ ਉੱਡ ਕੇ ਘਰ ਆ ਜਾਂਦੇ, ਤੇ ਕਾਫੀ ਘਰ ਚ ਗੰਦ ਜਿਹੜਾ ਨਾ ਫੈਲਿਆ ਹੋਇਆ। ਅੱਜ ਜਿਹੜਾ ਨਾ ਆਪਣਾ ਨਾ ਪਾਣੀ ਵਗੈਰਾ ਤਰੋਕ ਕੇ ਝਾੜੂ ਲਗਾਵਾਂਗੀ, ਲਗਾ ਕੇ ਫਿਰ ਜਿਹੜਾ ਨਾ ਆਪਣਾ ਸ਼ਾਮ ਦੇ ਮੰਜੇ ਉਹ ਅੱਜ ਵੀ ਬਾਹਰ ਪਾਉਣ ਲੱਗੇ ਹਾਂ, ਕਿਉਂਕਿ ਪਹਿਲੇ ਹੁੰਦੀ ਸੀ ਬਾਰਿਸ਼ ਵਗੈਰਾ ਤੇ ਆਪਣਾ ਠੰਡ ਠੁੰਡ ਸਹੀ। ਲੇਕਿਨ ਹੁਣ ਨਾ ਜੀ ਦਿਨ ਬਾ ਦਿਨ ਜਿਹੜੀ ਨਾ ਸਰਦੀ ਉਹ ਤਾਂ ਬਿਲਕੁਲ ਖਤਮ ਹੋ ਗਈ, ਗਰਮੀ ਜਿਹੜੀ ਹੈ ਨਾ ਉਹਦਾ ਸੀਜ਼ਨ ਜਿਹੜਾ ਨਾ ਲੱਗ ਚੁੱਕਿਆ। ਅੱਜ ਇਨਸ਼ਾਅੱਲਾ ਪਹਿਲੀ ਦਫ਼ਾ ਚ ਵੀ ਜਿਹੜਾ ਗਰਮੀਆਂ ਚ ਮੱਝੇ ਬਾਹਰ ਪਾਵਾਂਗੇ ਆਪਣਾ ਜਿਹੜਾ ਨਾ, ਤੇ ਲੋਕ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ। ਤੇ ਸਿਹਤ ਅੱਜ ਕਾਫੀ ਘੱਟਾ ਹੋਵੇ ਨਾ, ਫਿਰ ਪਾਣੀ ਚੰਗਾ ਮੈਂ ਦਰੋਕ ਦਿੰਦੀ ਹਾਂ, ਦਰੋਕ ਕੇ ਆਪਣਾ ਜਿਹੜਾ ਨਾ ਫਿਰ ਲਗਾਈ ਬਾਰ ਖਾਲ। ਤੇ ਸ਼ਾਮ ਚ ਫਿਰ ਆਪਣਾ ਜਿਹੜਾ ਨਾ ਸਿਹਤ ਆਪਣਾ ਸਾਰਾ ਜਿਹੜਾ ਨਾ ਨਾਲ ਆਪਣਾ ਘਾਸ ਨੂੰ ਵੀ ਅੱਜ ਪਾਣੀ ਲਗਾ ਦੇਵਾਂਗੇ। ਕਾਫੀ ਦਿਨ ਹੋ ਗਏ, ਕਿਉਂਕਿ ਪਹਿਲੇ ਗੱਡੀ ਜਿਹੜੀ ਸੀ ਨਾ ਪਹਿਲੇ ਗੱਡੀ ਇੱਥੇ ਖੜੀ ਕਰ ਦਿੱਤੀ, ਹੁਣ ਮੀਆਂ ਨੂੰ ਕਿਹਾ ਤੈਨੂੰ ਘਾਸ ਚ ਕਰੋ ਤੇ ਇੱਥੇ ਆਪਣੀਆਂ ਲਗਾਵਾਂਗੇ। ਗਰਮੀ ਰਾਤ ਦੀਆਂ 4 ਪਾਈਆਂ ਐਨ ਚੈੱਕ, ਕਿਉਂਕਿ ਫੈਮਿਲੀ ਦੇ ਮਾਸ਼ਾਅੱਲਾ ਕਾਫੀ 4 ਪਾਈਆਂ ਬਾਅਦ 4-5 ਮਹੀਨੇ ਸਾਡੇ ਦਿਲ ਨਾਲ ਪੈ ਜਾਂਦੇ।
ਪਾਣੀ ਦਾ ਤਰੋਕਾ ਵੀ ਕਾਫੀ ਲਗਵਾਇਆ ਖੇਨ, ਫਿਰ ਵੀ ਨਾ ਆਪਣਾ ਆਟਾ ਜਿਹੜਾ ਨਾ ਉਹ ਕਾਫੀ ਉੱਡਣ ਲੱਗਾ। ਜੋ ਕਾਫੀ ਦਿਨ ਹੋ ਗਏ ਸੀ ਆਪਣਾ ਝਾੜੂ ਵਗੈਰਾ ਨਹੀਂ ਖੇਨ ਚ ਲਗਾਇਆ, ਤੇ ਦਾਣੇ ਵਗੈਰਾ ਵੀ ਫਿਰ ਸੁਕਾਏ ਕਿਤੇ ਸਾਰੇ, ਤੇ ਹੁਣ ਆਪਣਾ ਜਿਹੜਾ ਨਾ ਵੈਸੇ ਸੁਬਹ ਵੀ ਲਗਾਈ ਦਾ ਝਾੜੂ ਉੱਠ ਕੇ, ਲੇਕਿਨ ਅੱਜ ਨਹੀਂ ਸੀ ਲਗਾਇਆ। ਅੱਜ ਜਿਹੜਾ ਨਾ ਆਪਣਾ ਹੁਣ ਲਗਾਉਣ ਲੱਗੀ ਹਾਂ ਸੈਕਿੰਡ ਟਾਈਮ, ਫਿਰ ਦੁਬਾਰਾ ਇਨਸ਼ਾਅੱਲਾ ਚਾਰ ਪੰਜ ਦੇ ਮਿਲਣ ਨਾਲ ਉਹ ਸੇ ਇਧਰ ਕਿਚਨ ਮੈਂ ਮੈਨੇ ਬਰਤਨ ਵਗੈਰਾ ਸੈੱਟ ਕਰ ਦੀ ਹੈ, ਕਿਉਂਕਿ ਗਰਮੀਆਂ ਮੈਂ ਜੋ ਹੈ ਨਾ ਕਿਚਨ ਹਮ ਲੋਕ ਬਾਹਰ ਹੀ ਦਰਮਿਆਨ ਖਾਣਾ ਵਗੈਰਾ ਬਣਾਤੀ ਹੈ, ਕਿਉਂਕਿ ਇਧਰ ਗੈਸ ਵਗੈਰਾ ਨਹੀਂ ਹੈ। ਜੋ ਸਰਦੀਆਂ ਮੈਂ ਉਧਰ ਹਮਨੇ ਕਿਚਨ ਬਣਾਈ ਥੀ, ਤੋ ਇਤਨੀ ਜ਼ਿਆਦਾ ਬਾਰਿਸ਼ ਹੋਈ ਨਾ ਉਸਕੀ ਛੱਤ ਜੋ ਹੈ ਨਾ ਉਹ ਗਿਰ ਚੁੱਕੀ, ਛੱਤ ਉਤਾਰ ਕੇ ਹਮਨੇ ਰੱਖ ਦੀ ਹੈ, ਅਭੀ ਫਾਰਗ ਨਹੀਂ ਹੋਵੇ ਉਨਕੀ ਇੱਟੇ ਵਗੈਰਾ ਜੋ ਹੈ ਨਾ ਉਹ ਵੀ ਨਿਕਾਲ ਦੇਵੇ, ਅਤੇ ਕੂਲਰ ਮੈਂ ਪਾਣੀ ਵੀ ਭਰ ਕੇ ਰੱਖ ਲਿਆ ਔਰ ਬਰਫ਼ ਵਗੈਰਾ ਵੀ ਡਾਲ ਲਈ ਹੈ, ਔਰ ਸਾਰੇ ਜੋ ਹੈ ਨਾ ਆਪਣੇ ਚਾਰ ਪਾਈਏ ਉਹ ਵੀ ਡਾਲਦੇ ਹੈ, ਕਿਉਂਕਿ ਸ਼ਾਮ ਤੋਂ ਫਿਰ ਸਾਰੀ ਫੈਮਿਲੀ ਇਕੱਠੀ ਹੋਤੀ ਹੈ, ਤਾਂ ਮੈਨੂੰ ਅੱਛਾ ਲੱਗਦਾ ਹੈ ਕਿ ਮੈਂ ਜੋ ਹੈ ਨਾ ਜੇ ਬਾਹਰ ਸੇ ਕੋਈ ਥਕਾ ਹੁਆ ਆਤਾ ਹੈ ਨਾ, ਤੋ ਆਪਣਾ ਜੋ ਹੈ ਨਾ ਚਾਰ ਪਾਈਏ ਮੈਂ ਲਗਾ ਦਿੱਤੀ ਹੂੰ। ਜਬ ਬਾਹਰ ਸੇ ਸਾਰੀ ਫੈਮਿਲੀ ਆਤੀ ਹੈ ਘਰ ਮੇਂ ਬੱਚੇ ਆਏ ਜਾਂ ਮੀਆਂ ਸਾਹਿਬ ਆਏ, ਮੈਨੂੰ ਅੱਛਾ ਲੱਗਦਾ ਕਿ ਸ਼ਾਮ ਕੋ ਮੈਂ ਸਹੀ ਨੀਟ ਕਰਕੇ ਨਾ ਹਰ ਚੀਜ਼ ਕੋ ਕਲੀਨ ਔਰ ਸਾਫ਼ ਜੋ ਨੀਟ ਕਰਕੇ ਜੋ ਮੈਂ ਡਾਲੂੰ, ਅਤੇ ਘਰ ਮੇਂ ਜੋ ਚੀਜ਼ ਉਨਕੀ ਤਰਤੀਬ ਲਗਾਊਂ, ਸੱਚ ਮੈਂ ਮੁਝੇ ਬਹੁਤ ਅੱਛਾ ਲੱਗਦਾ ਹੈ। ਤੋ ਆਪਣਾ ਘਰ ਜੋ ਗੰਦਾ ਮੁਝੇ ਬਿਲਕੁਲ ਪਸੰਦ ਨਹੀਂ, ਤੋ ਅੱਜ ਕੱਲ੍ਹ ਘਰ ਮੇਂ ਵੈਸੇ ਵੀ ਗੰਦ ਇਤਨਾ ਜ਼ਿਆਦਾ ਹੈ ਕਿ ਗੰਦਮ ਕਾਟੇ, ਤੋ ਕਹੀਂ ਗੰਦਮ ਕੇ ਸਿੱਟੇ ਪੜੇ ਹੈ, ਕਹੀਂ ਸੌਂਫ ਪੜੇ ਹੈ, ਕਹੀਂ ਕੁਛ ਪੜਾ ਹੈ, ਔਰ ਜੇ ਇੰਟੇ ਵਗੈਰਾ ਅਬ ਕਿਚਨ ਵਗੈਰਾ ਕੀ ਹਰ ਚੀਜ਼ ਬਿਖਰੀ ਪੜੀ ਹੈ, ਤੋ ਐਸੇ ਮੇਰਾ ਮਸਲਾ ਬੁਰਾ ਤਾਂ ਬਹੁਤ ਲੱਗਦਾ, ਅੱਛਾ ਨਹੀਂ ਲੱਗਦਾ। ਮੱਖੀਆਂ ਵੀ ਅੱਜ ਕੱਲ੍ਹ ਜੋ ਨਾ ਅਗਰ ਹਮਾਰੇ ਪਾਸ ਨਾ ਵਿਲੇਜ ਮੈਂ ਇਤਨੀ ਜ਼ਿਆਦਾ ਹੈ ਨਾ, ਸੁਬਹ ਵੀ ਕਮਰੋ ਕੁਛ ਸਫਾਈ ਕੀ ਥੀ ਤੋ ਪਰ ਇਤਨੀ ਜ਼ਿਆਦਾ ਮੱਖੀਆਂ ਥੀ ਨਾ, ਤੋ ਅਭੀ ਜੋ ਨਾ ਮਤਲਬ ਜੈਸੇ ਜੈਸੇ ਗਰਮ ਹਵਾ ਚਲੇਗੀ ਨਾ ਫਿਰ ਨਾ ਇੱਧਰ ਵਿਲੇਜ ਸੇ ਨਾ ਮੱਖੀਆਂ ਕਾ ਜੋ ਨਾ ਉਹ ਬਿਲਕੁਲ ਖਾਤਮਾ ਹੋ ਜਾਤਾ, ਤੋ ਅਭੀ ਜੋ ਹੈ ਨਾ ਆਟਾ ਗੁੰਨਤੀ ਹੂੰ ਔਰ ਸਬਜ਼ੀ ਬਣਾਤੀ ਹੂੰ, ਤੋ ਖਾਣੇ ਮੈਂ ਅੱਜ ਕਿਆ ਬਣਾ ਰਹੇ ਹੂੰ ਉਹ ਵੀ ਆਪਣੇ ਮਨ ਮਾਇਓ ਸੇ ਸ਼ੇਅਰ ਕਰੇਂਗੇ। ਦੇਖ ਲਿਆ ਮੇਰੇ ਪਿਆਰੇ ਬਹਿਣ ਭਾਈ ਜੈਸੇ ਆਟਾ ਗੁੰਨਣਾ ਸ਼ੁਰੂ ਕੀਆ ਤੋ ਮੱਖੀਆਂ ਜੋ ਹੈ ਇਤਨੀ ਜ਼ਿਆਦਾ, ਤੋ ਅੱਜ ਸਭ ਪਹਿਲੇ ਆਟਾ ਗੁੰਨ ਕੇ ਰੱਖੂਗੀ ਕਿਉਂਕਿ ਗਰਮੀ ਹੈ, ਫਿਰ ਆਟਾ ਜੋ ਨਾ ਉਹ ਸਹੀ ਮਤਲਬ ਹੋ ਜਾਏਗਾ ਫਿਰ ਉਹਨੇ ਸਹੀ ਬਣੇਗੀ, ਬੇਟੀ ਦੀ ਸਾਲਨ ਵੀ ਨਾ ਹੋਗੀ ਤੋ ਉਸਕੋ ਸਾਥ ਜੋ ਨਾ ਫਿਰ ਉਸਕੀ ਕਟਿੰਗ ਕਰ ਲੂੰਗੀ, ਤੋ ਬੱਚੋਂ ਕੋ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ, ਤੋ ਸਾਥ ਜੋ ਨਾ ਚਿਪਸ ਵਗੈਰਾ ਜੇ ਬਣਾ ਰਹੇ ਹੈ, ਤੋ ਐਸਾ ਲੱਗ ਰਿਹਾ ਹੈ ਕਿ ਜੈਸੇ ਪੀਸੇ ਜੋ ਬਣਾ ਮਾਹੇ ਰਮਜ਼ਾਨ ਕੇ ਰੋਜ਼ਨ ਹੈ, ਹਰ ਰੋਜ਼ ਹਮ ਲੋਕ ਜੋ ਸੀ ਨਾ ਪਕੌੜੇ
ਜਿੱਥੇ ਆਪਣਾ ਜਿਹੜਾ ਨਾ ਆਪਣੇ ਅਸੀਂ ਜੇ ਮਾਲ ਵਾਲੀ ਹਵੇਲੀ ਹੈ ਨਾ ਉਹਦੇ 'ਚ ਆਪਣਾ ਜਿਸ ਤਰ੍ਹਾਂ ਲੋਹ ਵਗੈਰਾ ਲਗਾਈ ਹੋਈ ਹੈ ਅਤੇ ਰੋਟੀਆਂ ਨੇ ਲੈਣੀਆਂ ਇੱਥੇ ਮਾਸ਼ਾਅੱਲਾ ਦਿਨ ਦੇ ਬਣ ਜਾਂਦੀ ਨੇ ਆਪਾਂ ਕੱਖ ਕੁੱਖ ਨਾਲ ਲਗਾਈ ਦੇਣ ਲਗਾ ਕੇ ਅਤੇ ਆਪਾਂ ਜੀ ਰੋਟੀਆਂ ਮੈਂ ਇੱਥੇ ਬਣਾ ਲਵਾਂ ਇੱਥੇ ਮਾਸ਼ਾਅੱਲਾ ਜਲਦੀ ਜਲਦੀ ਬਣ ਜਾਂਦੀਆਂ ਨੇ ਬੜੀਆਂ ਬੜੀਆਂ ਅਤੇ ਬਾਕੀ ਹੁਣ ਚੱਲਦੇ ਹਾਂ ਘਰ ਕਿਉਂਕਿ ਸਾਲਣ ਰੱਖੀ ਘਰ 'ਤੇ ਆਪਾਂ ਸਾਰੀ ਫੈਮਿਲੀ ਨੂੰ ਦਿੰਦੇ ਹਾਂ ਖਾਣਾ ਅਤੇ ਆਪਣਾ ਲਾਗੇ ਮਸ਼ੀਨ ਲੱਗੀ ਉਹਦੀ ਮਾਸ਼ਾਅੱਲਾ ਜਿਹੜੀ ਨਾ ਆਵਾਜ਼ ਉਹ ਆਉਣ ਲੱਗੀ ਦੁਬਾਰਾ ਦਿਖਾਣ ਲੱਗੇ ਤੇਰਾ ਰਹਿ ਲੈਂਦੇ ਹੋ ਗਏ ਮੇਰੇ ਬਹਿਣ ਭਾਈ ਨੂੰ ਦੇਖ ਲਿਆ ਅੱਜ ਅਸੀਂ ਮੇਰਾ ਸ਼ਾਮ ਦਾ ਖਾਣਾ ਆਪਣਾ ਮੰਜਿਆਂ ਦੇ ਉੱਤੇ ਬਹਿ ਕੇ ਖਾਵਾਂਗੇ ਨਾਲੇ ਜਿਹੜਾ ਆਪਣੇ ਮਹਿਣ ਭਾਈ ਨਾਲ ਆਪਣਾ ਸਾਲਣ ਜਿਹੜੀ ਸੀ ਨਾ ਉਹ ਪੱਕਣ ਵਾਸਤੇ ਮੈਂ ਚੁੱਲ੍ਹਾ ਰੱਖ ਦਿੱਤੀ ਬਾਅਦ ਵਾਲੇ ਨਾਲ ਨਾਲ ਹੋਏ ਸ਼ੋਏ ਵੀ ਲੰਘ ਰਹੇ ਗਏ ਆਪਣਾ ਜਿਹੜਾ ਨਾ ਕਿਤੇ ਸਾਲਣ ਮੇਰੀ ਪਿੱਠ ਦੀ ਉਹ ਥੋੜ੍ਹਾ ਲੰਘ ਨਾ ਜਾਵੇ ਕਿਉਂਕਿ ਜਾਨਵਰਾਂ ਨੂੰ ਬਾਹਰ ਫਿਰ ਉਹਨਾਂ ਨੂੰ ਦੇਖਭਾਲ ਵੀ ਕਰ ਲਈ ਦੇ ਨਾਲੇ ਆਪਣਾ ਚਾਰਾ ਵਗੈਰਾ ਪਾ ਲਿਆ ਨਾਲੇ ਆਪਾਂ ਉੱਥੇ ਜਿਹੜਾ ਨਾ ਆਪਾਂ ਜਿਹੜਾ ਨਾ ਬਣਾ ਲੈਣਾ ਮੇਰੀ ਫੈਮਿਲੀ ਅਸੀਂ ਨਾ ਜਦੋਂ ਖਾਣਾ ਬਣਾਈਏ ਨਾ ਫਿਰ ਗਰਮੀਆਂ 'ਚ ਨਾ ਚਾਰ ਪਾਈਆਂ ਉੱਤੇ ਹੀ ਆਪਣਾ ਦਸਤਰਖਾਨ ਲਗਾ ਕੇ ਨਾ ਅਤੇ ਆਪਣਾ ਬੈਠ ਕੇ ਨਾ ਖਾਣਾ ਉਹ ਖਾਈ ਦਾ ਅਤੇ ਮੌਸਮ ਤਾਂ ਇੰਨਾ ਗਰਮ ਹੋ ਚੁੱਕਿਆ ਨਾ ਆਪਣਾ ਗਰਮੀ 'ਤੇ ਆਪਣਾ ਰੋਟੀਆਂ ਬਣਾਈਆਂ ਨਾ ਸੇਕ ਅਤੇ ਪਿਆਸ ਲੱਗੀ ਸਭ ਨੂੰ ਪਹਿਲਾਂ ਜਿਹੜਾ ਠੰਡਾ ਪਾਣੀ ਹੁੰਦੇ ਉਹਦੇ ਵਿੱਚ ਵਿਚਾਰੇ ਸੁਬਹਾ ਨਾਸ਼ਤਾ ਵੀ ਨਹੀਂ ਕਰਕੇ ਜਾਂਦੇ ਆਪਣਾ ਜਿਹੜਾ ਨਾ ਅਤੇ ਆਪਣਾ ਜਿਹੜਾ ਨਾ ਫਿਰ ਦੁਪਹਿਰ ਨੂੰ ਵੀ ਖਾਣਾ ਘੱਟ ਖਾਂਦੇ ਨੇ ਗਰਮੀ ਹੁੰਦੀ ਹੈ ਆਪਣਾ ਜਿਹੜਾ ਨਾ ਅਤੇ ਦੇਖੋ ਗੁਰੂ ਦੇ ਪੱਠੇ ਤੋਂ ਮੈਂ ਰੁਕ ਜਾ ਮੈਂ ਸ਼ੇਅਰ ਕਰ ਲੈਣ ਮਜ਼ੇਦਾਰ ਅਤੇ ਪੇਠਾ ਬਣਾਇਆ ਅਤੇ ਗਰਮੀਆਂ ਜਿਹੜਾ ਪੇਠਾ ਹੈ ਨਾ ਅਸੀਂ ਤੁਸੀਂ ਦਿਖਾ ਦੇ ਰਹਿਣਾ ਖਾਣਾ ਖਾ ਲਓ ਸਭ ਆ ਜਾਓ ਆ ਜਾਓ ਆ ਜਾਓ